ਦੋ ਦਿਨ ਪਹਿਲਾਂ ਦਿੱਲੀ ਦੇ ਰੂਪਨਗਰ ਤੋਂ ਜੈਨ ਸਮਾਜ ਦੇ ਗੁਰੂ ਗਣ ਰਜਿੰਦਰ ਵਿਜੇ ਮਹਾਰਾਜ ਅਚਾਨਕ ਗਾਇਬ ਹੋ ਗਏ ਸਨ, ਜਿਨ੍ਹਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਕਸਬੇ ਤੋਂ ਬਰਾਮਦ ਕਰ ਲਿਆ ਗਿਆ। ਗਣ ਰਜਿੰਦਰ ਵਿਜੇ ਮੁਤਾਬਕ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਕਾਰ 'ਚ ਬੈਠਾ ਲਿਆ ਸੀ ਅਤੇ ਬੈਠਦੇ ਹੀ ਅਗਵਾਕਾਰਾਂ ਨੇ ਉਨ੍ਹਾਂ ਨੂੰ ਟੀਕਾ ਲਗਾ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਅਤੇ ਹੋਸ਼ ਆਉਣ ਤੇ ਖੁਦ ਨੂੰ ਉਨ੍ਹਾਂ ਨੇ ਇੱਕ ਫਲੈਟ ਤੇ ਪਾਇਆ। ਕਿਸੇ ਤਰ੍ਹਾਂ ਉਹ ਫਲੈਟ ਤੋਂ ਬਾਹਰ ਨਿਕਲੇ ਅਤੇ ਦਿੱਲੀ 'ਚ ਆਪਣੇ ਚੇਲੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਦਿੱਤੀ। ਸਾਇਆ ਥਾ ਇਹ ਤਾਂ ਹਮਾਰਾ ਇੱਕ ਧਾਰਮਿਕ ਮਾਮਲਾ ਹੈ, ਉਸਕੇ ਅੰਦਰ ਥੋੜ੍ਹੇ ਇੱਕ ਸਮੁਦਾਇਕ ਕੇ ਅੰਦਰ ਥੋੜ੍ਹਾ ਵਿਘਟਨਕਾਰੀ ਤੱਤਵੋਂ ਕਾ ਇੱਕ ਥੋੜ੍ਹਾ ਪ੍ਰੋਬਲਮ ਚੱਲ ਰਹਾ ਹੈ, ਇਸੇ ਕਾਰਨ ਸੇ ਸਮੱਸਿਆ। ਇਸੇ ਪਹਿਲੇ ਮੇਰੇ ਸ਼ਿਸ਼ਯ ਕਾ ਵੀ ਹੋ ਚੁੱਕਾ ਹੁਆ ਹੈ, ਪਹਿਲੇ ਮੇਰੇ ਸ਼ਿਸ਼ਯ ਕਾ ਵੀ ਹੋ ਚੁੱਕਾ, ਇਹ ਸੈਕਿੰਡ ਬਾਰ ਹੁਆ ਹੈ। ਇਹ ਲੁਧਿਆਣਾ ਮੈਂ ਹੁਆ ਥਾ, ਮੇਰਾ ਇੱਕ ਸ਼ਿਸ਼ਯ ਥੇ ਕਲਪੇਂਦਰ ਵਿਜੇ ਜੀ ਮਹਾਰਾਜ, ਉਨਕੋ ਵੀ ਇਸੀ ਤਰ੍ਹਾਂ ਸੇ ਇਸ ਤਰ੍ਹਾਂ ਕਾ ਅਪਹਰਣ ਹੁਆ। ਪਿਛਲੇ ਦਿਨਾਂ ਮੈਂ ਪਟਿਆਲਾ ਮੇਂ ਇੱਕ ਕਾਨਫਰੰਸ ਹੁਆ ਥਾ, ਵੋ ਹਿੰਦੂ ਜਾਤੋ ਕੇ ਲੋਗ ਥੇ, ਸਨਾਤਨੀ ਸਾਧੂ, वो एक यहाँ हमारा जो ग्रुप है वो एजेंसियों के थ्रू ऐसा काम काज कर रहा है। आपको लाया कहाँ से? अरे वो दूसरा हमारा जो ग्रुप है वो एजेंसियाँ बना करके इस तरह का काम काज कर रहा है, जो जैन धर्म आपको बुलाया, जैन धर्म मैत्री सद्भाव अहिंसा प्रेम का कार्य करता है और उसमें इस तरह का वातावरण बनना जो जैन समाज के लिए अच्छा नहीं। ਜੈਨ ਗੁਰੂ ਨੇ ਆਪਣੇ ਹੀ ਸਮਾਜ ਦੇ ਇੱਕ ਵਰਗ ਨੂੰ ਅਗਵਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ। ਜੈਨ ਗੁਰੂ ਦਾ ਸੁਨੇਹਾ ਮਿਲਦਿਆਂ ਹੀ ਉਹਨਾਂ ਦੇ ਚੇਲੇ ਦਿੱਲੀ ਤੋਂ ਪੁਲਿਸ ਅਧਿਕਾਰੀਆਂ ਨਾਲ ਲੁਧਿਆਣਾ ਪਹੁੰਚੇ ਅਤੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਉਣ ਉਪਰੰਤ ਗਣ ਰਜਿੰਦਰ ਵਿਜੇ ਮਹਾਰਾਜ ਨੂੰ ਦਿੱਲੀ ਵਾਪਸ ਲੈ ਗਏ। ਹਮਾਰੇ ਗਣੀ ਰਾਜਿੰਦਰ ਵਿਜੇ ਜੀ ਹੈ ਜੈਨ ਸਮੁਦਾਇ ਕੇ, ਔਰ ਜੈਸਾ ਆਪਕੋ ਮਾਲੂਮ ਹੀ ਹੈ ਕਿ ਹਮਾਰੇ ਸਾਧੂ ਜੋ ਹੈ ਉਹ ਪੈਦਲ ਹੀ ਵਿਚਰਤੇ ਹੈ, ਔਰ ਇਨਕਾ ਚੌਮਾਸਾ ਜੋ ਹੈ ਇਸ ਵਕਤ ਦਿੱਲੀ ਵੱਲਭ ਸਮਾਰਕ ਮੇਂ ਚੱਲ ਰਹਾ ਹੈ। ਵਹਾਂ ਸੇ ਹੀ ਰੂਪਨਗਰ ਦਿੱਲੀ ਮੇਂ ਠਹਿਰੇ ਹੋਏ ਥੇ ਉਪਾਸ਼ਰੇ ਮੇਂ, ਵਹਾਂ ਸੇ ਕਿਸੀ ਨੇ ਇਨਕੋ ਫੋਨ ਕਰਕੇ ਕਹਾ ਕੋਈ ਮੀਟਿੰਗ ਕਰਨੀ ਹੈ ਔਰ ਆਪ ਆਈਏ, ਔਰ ਉਨਕੋ ਯੇ ਤਾਕੀਦ ਕੀ ਕਿ ਆਪ ਅਕੇਲੇ ਹੀ ਆਉਣਾ, ਔਰ ਯੇ ਨੀਚੇ ਉਤਰ ਕੇ ਆਏ ਹੈ, ਔਰ ਇਨਕੋ ਜ਼ਬਰਦਸਤੀ ਕਾਰ ਮੇਂ ਕਿਸੀ ਨੇ ਬਿਠਾ ਲਿਆ ਔਰ ਵਹਾਂ ਸੇ ਲਿਜਾ ਕਰਕੇ ਇਨਕੋ ਇੰਜੈਕਸ਼ਨ ਦੀਆ ਔਰ ਗੋਲੀਆਂ ਵੋਲੀਆਂ ਦੀ ਖਾਣੇ ਕੇ ਲੀਏ, ਔਰ ਯੇ ਬੇਹੋਸ਼ ਹੋ ਗਏ। ਬਿਊਰੋ ਰਿਪੋਰਟ, ਚੈਨਲ D5।